ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਪ੍ਰੇਮ ਸ਼ਾਹ ਜੀ ਹੈ ਜੀ, ਜਿਵੇਂ ਕਿ ਸਾਰੀਆਂ ਵੀਰ ਅਤੇ ਭੈਣ ਜਿਹੜੇ ਸਾਡੇ ਨਾਲ ਪੇਜ 'ਤੇ ਜੁੜੇ ਹੋਏ ਆ, ਸਾਡੇ ਵਿਊਅਰਸ, ਉਹਨਾਂ ਨੂੰ ਪਤਾ ਹੀ ਹੈ ਵੀ ਬਾਬਾ ਜੀ ਨੂੰ ਤਕਰੀਬਨ ਸਾਰੇ ਜਾਣਦੇ ਹੀ ਹੈ ਜੀ। ਅਤੇ ਇਸ ਟਾਈਮ ਬਾਬਾ ਜੀ ਦੀ ਹਾਲਤ ਕਾਫੀ ਮਾੜੀ ਹੈ ਜੀ। ਇਹ 3-4 ਦਿਨਾਂ ਤੋਂ ਹੋਸਪਿਟਲ ਦੇ ਵਿੱਚ ਐਡਮਿਟ ਸੀਗੇ ਜੀ। ਅਤੇ ਇਹਨਾਂ ਦੇ ਜਿਵੇਂ ਤੁਸੀਂ ਜਾਣਦੇ ਹੋ, ਸਮਰਾਲਾ ਚੌਂਕ ਤੋਂ ਬਾਬਾ ਜੀ ਨੂੰ ਅਸੀਂ ਲੈ ਕੇ ਆਏ ਸੀਗੇ ਜੀ। ਅਤੇ ਇਹ ਪਲਸਤਰ ਇਹਨਾਂ ਦੀ ਲੱਤ ਦੇ ਉੱਪਰ ਇੱਦਾਂ ਲੱਗਿਆ ਹੋਇਆ ਜੀ। ਅਤੇ ਇੱਥੋਂ ਗੋਡੇ ਦੇ ਕੋਲੋਂ ਇਹਨਾਂ ਦੀ ਲੱਤ ਟੁੱਟੀ ਹੋਈ ਸੀਗੀ, ਸਮਰਾਲਾ ਚੌਂਕ 'ਚ ਪਏ ਸੀ ਬਾਬਾ ਜੀ, ਬੜੀ ਮਾੜੀ ਹਾਲਤ ਦੇ ਵਿੱਚ ਜੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਸੰਭਾਲ ਵਾਸਤੇ ਜੀ ਟੈਸਟ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ, ਜਿਹਦੇ ਕਰਕੇ ਇਹਨਾਂ ਦੀ ਇਨਫੈਕਸ਼ਨ ਵਧਣ ਦੇ ਕਰਕੇ ਇਹਨਾਂ ਦੀ ਚੈਸਟ ਬਲੋਕ ਹੋ ਗਈ ਸੀਗੀ। ਕਿਉਂਕਿ ਬਾਬਾ ਜੀ ਜਦੋਂ ਅਸੀਂ ਲੈ ਕੇ ਆਏ ਸੀਗੇ ਅੱਜ ਤੋਂ 3 ਮਹੀਨੇ ਪਹਿਲਾਂ, ਤਾਂ ਉਦੋਂ ਬਾਬਾ ਜੀ ਦੇ ਮਾੜੇ ਸੀਗੇ, ਇਹਨਾਂ ਦਾ HP ਸੀਗਾ ਜਿਹੜਾ ਖੂਨ ਸੀ ਇਹਨਾਂ ਦੇ ਵਿੱਚ, ਉਹ ਸਿਰਫ 3 ਗ੍ਰਾਮ ਸੀਗਾ। ਉਦੋਂ 5-6 ਬੋਤਲਾਂ ਬਾਬਾ ਜੀ ਦੇ ਖੂਨ ਦੀਆਂ ਚੜ੍ਹੀਆਂ ਸੀ ਬਲੱਡ ਦੀਆਂ, ਅਤੇ ਉਹ ਬਲੱਡ ਜਦੋਂ ਚੜ੍ਹਨ ਤੋਂ ਬਾਅਦ ਬਾਬਾ ਜੀ ਦਾ ਆਪਰੇਸ਼ਨ ਹੋਇਆ ਸੀ। ਫਿਰ ਬਾਬਾ ਜੀ ਠੀਕ ਹੋ ਗਏ ਸੀ, ਆਪਰੇਸ਼ਨ ਤੋਂ ਬਾਅਦ ਬਿਲਕੁਲ ਕਾਇਮ ਸੀ, ਹਰੀ ਕਾਇਮ ਸੀਗੇ, ਪੂਰੇ ਵਧੀਆ, ਗੁਰੂ ਮਹਾਰਾਜ ਦੀ ਕਿਰਪਾ ਨਾਲ। ਪਰ ਉਹ ਜਿਹੜਾ ਬਲੱਡ ਬਾਬਾ ਜੀ ਦਾ ਚੜ੍ਹਿਆ ਸੀ ਡਾਕਟਰਾਂ ਦੇ ਮੁਤਾਬਕ, ਉਹ ਬਲੱਡ ਬਾਬਾ ਜੀ ਦੇ ਜਿੰਨਾ ਚਿਰ ਠੀਕ ਰਿਹਾ ਠੀਕ ਰਿਹਾ, ਜਿਵੇਂ ਨਵੇਂ ਸੈੱਲ ਬਾਬਾ ਜੀ ਦੇ ਬਣੇ ਨਹੀਂ, ਕਿਉਂਕਿ ਵੀਕਨੈਸ ਬਹੁਤ ਸੀ। ਉਮਰ ਬਾਬਾ ਜੀ ਦੀ 86 ਸਾਲ ਉਮਰ ਆ, ਪਰ ਅੱਜ ਬਾਬਾ ਜੀ ਦੇ ਪਹਿਲੀ ਵਾਰ ਪਰਿਵਾਰ ਦੇ ਵਿੱਚੋਂ ਸਾਡੇ ਕੋਲ ਕੋਈ ਮੈਂਬਰ ਪਹੁੰਚਿਆ, ਇਹਨਾਂ ਦੇ ਭਾਬੀ ਜੀ ਆ, ਅਤੇ ਉਹ ਅੱਜ ਸਾਡੇ ਕੋਲ ਆਏ ਸੀਗੇ ਜੀ। ਉਹਨਾਂ ਨੇ ਦੱਸਿਆ ਬਾਬਾ ਜੀ ਦੀ ਉਮਰ ਤਕਰੀਬਨ 96 ਸਾਲ ਦੇ ਕੋਲ ਹੈਗੀ ਹੈ ਜੀ। ਅਤੇ ਬਾਬਾ ਜੀ ਬੜੀ ਮਾੜੀ ਹਾਲਤ ਦੇ ਵਿੱਚ ਸਾਨੂੰ ਮਿਲੇ ਸੀਗੇ, ਪਰ ਸੱਚੇ ਪਾਤਸ਼ਾਹ ਨੇ ਸਾਡੀ ਟੀਮ ਦੇ ਸੇਵਾ ਹਿੱਸੇ ਪੂਰੀ ਸੀ ਜਿਹੜੀ, ਤਾਂ ਉਹ ਅਸੀਂ ਪੂਰੀ ਕਰ ਰਹੇ ਹਾਂ ਜੀ। ਹੁਣ ਬਾਬਾ ਜੀ ਇਸ ਟਾਈਮ ਵੈਂਟੀਲੇਟਰ ਦੇ ਉੱਪਰ ਨੇ ਜੀ, ਅਤੇ ਕਾਫੀ ਵੀਕ ਹੋ ਗਏ, ਚੈਸਟ ਇਨਫੈਕਸ਼ਨ ਕਾਫੀ ਜ਼ਿਆਦਾ ਹੋ ਗਈ ਹੈ ਜੀ ਬਾਬਾ ਜੀ ਦੀ, ਅਤੇ ਉਹਨਾਂ ਦਾ ਟ੍ਰੀਟਮੈਂਟ ਹਸਪਤਾਲ ਦੇ ਵਿੱਚ ਚੱਲ ਰਿਹਾ ਜੀ। ਅਤੇ ਅਸੀਂ ਦੇਖੋ ਆ ਬਾਬਾ ਜੀ ਦੇ ਭਾਬੀ ਵੀ ਹੈ ਜੀ, ਅੱਜ ਇਹ ਆਏ ਸੀ ਸਾਡੇ ਕੋਲ, ਅੱਜ ਦੀਆਂ ਫੋਟੋਆਂ ਬਾਬਾ ਜੀ ਦੀਆਂ, ਅਤੇ ਬੜੀ ਬਾਬਾ ਜੀ ਤਮੰਨਾ ਸੀ ਇਹਨਾਂ ਨੂੰ ਮਿਲਣ ਦੀ ਕਾਫੀ। ਬਾਬਾ ਜੀ ਸਾਨੂੰ ਕਹਿੰਦੇ ਸੀ ਪਿਛਲੇ 1.5-2 ਮਹੀਨਿਆਂ ਤੋਂ ਵੀ ਇਹ ਪ੍ਰਕਾਸ਼ ਕੌਰ ਜੀ ਨੂੰ ਮੈਨੂੰ ਮਿਲਾ ਦਿਓ, ਮੈਂ ਮਿਲਣਾ ਚਾਹੁੰਦਾ ਵਾਂ। ਤਾਂ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ, ਇਹਨਾਂ ਦਾ ਨੰਬਰ ਭਾਬੀ ਜੀ ਦਾ ਇਹਨਾਂ ਵਿੱਚ ਸਾਨੂੰ ਮਿਲ ਗਿਆ ਸੀਗਾ ਜੀ, ਜਿਹੜਾ ਮਨਦੀਪ ਵੀਰ ਆ ਗਿਆ ਚੌਂਕ ਤੋਂ, ਉਹ ਜਿਹਨਾਂ ਨੇ ਬਾਬਾ ਜੀ ਨੂੰ ਸਾਡੇ ਕੋਲ ਭੇਜਿਆ ਸੀ, ਅਤੇ ਇੱਕ ਰਵਿੰਦਰ ਔਜਲਾ ਭਰਾ ਸਾਡਾ, ਉਹਨਾਂ ਨੇ ਸਾਡੇ ਕੋਲ ਛੱਡ ਕੇ ਗਏ ਸੀ ਬਾਬਾ ਜੀ ਨੂੰ ਸਮਰਾਲਾ ਚੌਂਕ, ਜਿਵੇਂ ਕਿ ਤੁਹਾਨੂੰ ਦੱਸਿਆ ਬੜੀ ਮਾੜੀ ਹਾਲਤ ਸੀ ਬਾਬਾ ਜੀ ਪਏ ਸੀਗੇ। ਅਤੇ ਮਨਦੀਪ ਦੀ ਕੋਸ਼ਿਸ਼ ਦੇ ਨਾਲ ਇਹ ਬੇਬੇ ਦਾ ਸਾਨੂੰ ਨੰਬਰ ਮਿਲਿਆ ਸੀ, ਮਾਤਾ ਦਾ ਇਸਦਾ, ਤਾਂ ਇਹਨਾਂ ਨੂੰ ਅਸੀਂ ਕਾਫੀ ਦਿਨਾਂ ਤੋਂ ਫੋਨ ਕਰ ਰਹੇ ਸੀ ਵੀ ਤੁਸੀਂ ਆ ਕੇ ਮਿਲ ਕੇ ਜਾਓ ਵੀ ਬਾਬਾ ਜੀ ਮਿਲਣਾ ਚਾਹੁੰਦੇ ਆ, ਪਰ ਉਹ ਆ ਨਹੀਂ ਸਕੇ ਕਿਉਂਕਿ ਉਹਨਾਂ ਦੀਆਂ ਕੋਈ ਪ੍ਰੋਬਲਮਾਂ ਸੀ, ਗੁੱਸੇ ਗਿੱਲੇ ਸੀ, ਉਹ ਕਹਿੰਦੇ ਮੈਂ ਨਹੀਂ ਆਉਣਾ। ਬਹੁਤ ਅਸੀਂ ਮਿੰਨਤਾਂ ਪੱਲੇ ਕਰਕੇ ਅੱਜ ਸਵੇਰੋਂ ਅਸੀਂ ਬਾਬਾ ਜੀ ਦੇ ਇੱਕ ਆਖਰੀ ਤਮੰਨਾ ਸੀ ਜਿਹੜੀ ਉਹਨਾਂ ਨੂੰ ਮਿਲਣ ਦੀ ਅੱਜ ਪੂਰੀ ਹੋਈ ਆ, ਉਹ ਆ ਕੇ ਅੱਜ ਇਹਨਾਂ ਨੂੰ ਮਿਲ ਕੇ ਗਏ ਆ। ਬੜਾ ਬਾਬਾ ਜੀ ਨੇ ਦੇਖ ਕੇ ਮਨ ਭਰਿਆ, ਬਾਬਾ ਜੀ ਬੜੇ ਰੋਏ ਉਹਨਾਂ ਨੂੰ ਮਿਲ ਕੇ। ਪਰ ਹੁਣ ਸੱਚੇ ਪਾਤਸ਼ਾਹ ਮਿਹਰ ਨਾਲ ਬਾਬਾ ਜੀ ਠੀਕ ਹੋ ਜਾਣ ਜੀ, ਅਸੀਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਅਰਦਾਸ ਕਰੋ ਬਾਬਾ ਪ੍ਰੇਮ ਸ਼ਾਹ ਜੀ, ਕਿਉਂਕਿ ਹੁਣ ਆਪਣੇ ਪੈਰਾਂ ਦੇ ਖਿਲੋਣੇ ਲੋਕੀ ਤਾਂ ਇਹ ਹੋ ਗਏ ਸੀਗੇ। ਇਹਨਾਂ ਦੇ ਲੱਕ ਦੇ ਵਿੱਚ ਪਲੇਟਾਂ ਪਈਆਂ ਸੀਗੀਆਂ ਜੀ, ਪਲਸਤਰ ਲੱਗਿਆ ਹੋਇਆ ਸੀਗਾ, ਹੁਣ ਉਹ 2 ਮਹੀਨੇ ਤਕਰੀਬਨ ਪੂਰੇ ਹੋ ਗਏ ਸੀ। ਡਾਕਟਰ ਸਾਹਿਬ ਨੇ ਪਲਸਤਰ ਖੋਲ੍ਹਣਾ ਸੀ ਜੋ ਕਿ ਬਿਲਕੁਲ ਠੀਕ ਹੋ ਗਿਆ ਸੀਗਾ, ਪਰ ਬਾਬਾ ਜੀ ਜਿਹੜੀ ਚੈਸਟ ਇਨਫੈਕਸ਼ਨ ਆ ਜਿਹੜੀ ਬਾਬਾ ਜੀ ਨੂੰ TB ਸੀਗੀ ਬਹੁਤ ਪੁਰਾਣੀ, ਚੈਸਟ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਸੀਗੀ, ਚੈਸਟ ਬਲੋਕ ਹੋ ਗਈ ਸੀ, ਉਹਦੀ ਦਵਾਈ ਚੱਲ ਰਹੀ ਸੀ ਮੈਡੀਸਨ, ਤਾਂ ਉਹਦੇ ਕਾਰਨ ਬਾਬਾ ਜੀ ਕਾਫੀ ਜ਼ਿਆਦਾ ਢਿੱਲੇ ਹੋ ਗਏ। ਤਾਂ ਪਹਿਲਾਂ ਤਾਂ ਅੱਜ ਬਹੁਤ ਜ਼ਿਆਦਾ ਵੀਕ ਸੀ, ਸਵੇਰੇ ਮੋਰਨਿੰਗ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਸੀ, ਪਰ ਹੁਣ ਕਾਫੀ ਠੀਕ ਆ ਗਏ ਨਾਲੋਂ। BP ਵੀ ਹੁਣ ਇਹਨਾਂ ਦਾ 100-7 ਸ਼ੋਅ ਹੋ ਰਿਹਾ, ਪਹਿਲਾਂ BP ਬਿਲਕੁਲ ਹੀ ਸ਼ੋਅ ਹੁਣ ਹਟ ਗਿਆ ਸੀਗਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਜੀ ਇਹਨਾਂ
ਠੀਕ ਹੋ ਜਾਂਦੀ ਕਿਰਪਾ ਕਰਨਾ ਇਹਨਾਂ ਦੇ ਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੀ ਇਹ ਆਪਦੀ ਜ਼ਿੰਦਗੀ ਜਿਹੜੀ ਹੋਰ ਜਿੰਨੀ ਜਿਉਣੀ ਜਿੰਨੇ ਸਵਾਸ ਲਿਖੇ ਆ ਉਹ ਜ਼ਿੰਦਗੀ ਆਪਦੀ ਜਿਉ ਸਕਣ ਵਧੀਆ ਤਰੀਕੇ ਨਾਲ ਜੀ ਅਤੇ ਇੱਦਾਂ ਹੀ ਸਾਡੇ ਇੱਕ ਸਾਡੇ ਕੋਲ ਹੋਰ ਪੇਸ਼ੈਂਟ ਆ ਜਿਹੜੇ ਦੋਨਾਂ ਨੂੰ ਜਾਣਦੇ ਹੋ ਆਈ ਸੀ ਯੂ ਵਾਰਡ ਦੇ ਵਿੱਚ ਸੀ ਉਹ ਜੀ ਰਮੈਣ ਸਿੰਘ ਜੀ ਹੈ ਜੀ ਅਤੇ ਇਹਨਾਂ ਨੂੰ ਚੈਸਟ ਦੀ ਟੀ ਬੀ ਹੋਈ ਹੋਈ ਹੈ ਬਹੁਤ ਮਾੜੀ ਹਾਲਤ ਦੇ ਵਿੱਚ ਇਹਨਾਂ ਨੂੰ ਬਾਬਾ ਜੀ ਨੂੰ ਅਸੀਂ ਲੈ ਕੇ ਆਏ ਸੀਗੇ ਜੀ ਗੁਰੂ ਨਾਨਕ ਸਟੇਡੀਅਮ ਦੇ 6 ਨੰਬਰ ਗੇਟ ਦੇ ਬਾਹਰ ਕਮਿਸ਼ਨਰ ਦੇ ਘਰ ਦੇ ਬਾਹਰ ਪਏ ਸੀ ਬਾਬਾ ਜੀ ਵੀ ਰਹੇ ਨੰਗੇ ਹਾਲਤ ਦੇ ਵਿੱਚ ਠੰਡ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਪਏ ਸੀਗੇ ਤਾਂ ਇਹ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਨਿਊਜ਼ ਪੇਪਰ 'ਚ ਖਬਰ ਲੱਗੀ ਸੀ ਉੱਥੋਂ ਪੜ੍ਹਨ ਤੋਂ ਬਾਅਦ ਸਾਨੂੰ ਕਈ ਵੀਰਾਂ ਨੇ ਫੋਨ ਕੀਤੇ ਤਾਂ ਅਸੀਂ ਉੱਥੋਂ ਲੈ ਕੇ ਆਏ ਸੀ ਇਹਨਾਂ ਨੂੰ ਅਤੇ ਉਸ ਟਾਈਮ ਬੜੀ ਮਾੜੀ ਹਾਲਤ ਸੀ ਇਹਨਾਂ ਦੀ ਪਰ ਹੁਣ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ ਹੈ ਠੀਕ ਹੋ ਗਏ ਇਹਨਾਂ ਦੀ ਟੀ ਬੀ ਬਹੁਤ ਜ਼ਿਆਦਾ ਵਧੀ ਹੋਈ ਸੀ ਚੈਸਟ ਇਨਫੈਕਸ਼ਨ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਵੀਕ ਇੰਨੇ ਸੀ ਜਦੋਂ ਅਸੀਂ ਲੈ ਕੇ ਆਏ ਇਹਨਾਂ ਦਾ ਵੀ 3-3.5 ਗ੍ਰਾਮ ਐੱਚ ਬੀ ਸੀਗਾ ਇਹਨਾਂ ਦਾ ਖੂਨ ਬਹੁਤ ਘੱਟ ਸੀਗਾ ਅਤੇ ਜਿਵੇਂ ਕਿ ਇਹਨਾਂ ਨੂੰ ਤੁਹਾਨੂੰ ਪਹਿਲਾਂ ਵੀ ਸ਼ਾਇਦ ਸਾਡੀਆਂ ਪੋਸਟਾਂ 'ਤੇ ਸਾਰੀਆਂ ਦੇਖੀਆਂ ਵੀ ਇਹਨਾਂ ਦਾ ਹੱਥ ਇੱਕ ਆ ਪੈਰਾਲਾਈਜ਼ ਹੋਇਆ ਹੋਇਆ ਇੱਕ ਬਾਂਹ ਪੈਰਾਲਾਈਜ਼ ਹੋਈ ਇੱਦਾਂ ਮੁੜੀ ਹੋਈ ਹੈ ਲੱਤ ਆ ਬਿਲਕੁਲ ਹੀ ਅਤੇ ਇੱਕ ਬਾਂਹ ਇਹਨਾਂ ਦੀ ਬਿਲਕੁਲ ਇੱਦਾਂ ਮੁੜੀ ਹੋਈ ਹੈ ਅਤੇ ਉਹਦੇ 'ਤੇ ਜ਼ਖਮ ਹੋ ਗਿਆ ਗੈਂਗਰਿੰਗ ਹੋਈ ਹੋਈ ਹੈ ਪੈਰ ਦੇ ਉੱਪਰ ਇਹਨਾਂ ਦੇ ਮੈਂ ਦੇਖ ਸਕਦੇ ਹੋ ਤੁਸੀਂ ਪੈਰ ਦੇ ਉੱਤੇ ਪੱਟੇ ਹੁੰਦੇ ਅੰਗੂਠਾ ਕਟਵਾਉਣਾ ਡਾਕਟਰ ਸਾਹਿਬ ਕਹਿੰਦੇ ਸੀ ਵੀ ਕੱਟਣਾ ਪੈਣਾ ਵਾ ਇਹ ਅਤੇ ਉਹ ਕਾਲਾ ਹੋ ਗਿਆ ਬਿਲਕੁਲ ਹੀ ਅਤੇ ਉਹਨਾਂ ਦਾ ਟ੍ਰੀਟਮੈਂਟ ਅਲੱਗ ਤੋਂ ਚੱਲ ਰਿਹਾ ਇਹਨਾਂ ਦਾ ਕਾਫੀ ਪੁਰਾਣਾ ਚੇਅਰ ਤੋਂ ਪਰ ਵੀਕਨੈਸ ਬਹੁਤ ਜ਼ਿਆਦਾ ਕਮਜ਼ੋਰੀ ਬਹੁਤ ਜ਼ਿਆਦਾ ਹੋਣ ਕਰਕੇ ਅਤੇ ਟੀ ਬੀ ਦਾ ਅਸਰ ਬੋਡੀ ਦੇ ਉੱਤੇ ਬਹੁਤ ਜ਼ਿਆਦਾ ਹੋਣ ਕਰਕੇ ਇਹ ਵੀ ਕਾਫੀ ਬਿਮਾਰ ਹੈ ਕਿ ਠੰਡ ਦਾ ਤੁਹਾਨੂੰ ਪਤਾ ਵੀ ਉਹ ਵੀ ਹੱਡ ਤੋਂ ਵੀ ਠੰਡ ਚੱਲਦੀ ਹੈ ਜਿਹੜੀ ਪੈ ਰਹੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉਹਦਾ ਵੀ ਅਸਰ ਬਹੁਤ ਆ ਕਿਉਂਕਿ ਇਹ ਇੰਨੇ ਜ਼ਿਆਦਾ ਵੀਕ ਆ ਜਿਹੜੇ ਵੀਰ ਸਾਡੇ ਕੋਲ ਰਹਿੰਦੇ ਆ ਬੜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਡਿਊਟੀ ਲਾਈ ਹੈ ਬੜੀ ਤਨਦੇਹੀ ਨਾਲ ਸੇਵਾ ਕਰਦੇ ਆ ਬੜਾ ਸੰਭਾਲ ਕੇ ਰੱਖਦੇ ਆ ਪਰ ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ 'ਤੇ ਹੋਰ ਵੀ ਜ਼ਿਆਦਾ ਵੀ ਇਹ ਠੀਕ ਹੋ ਜਾਣਾ ਇਹ ਵੀਰ ਨੇ ਤਾਂ ਜਾਣੀ ਕਿ ਬੜਾ ਦੁੱਖ ਭੋਗਿਆ ਜਾਣੀ ਕਿ ਇੱਕ ਨਰਕ ਭੋਗ ਕੇ ਆਇਆ ਇਹ ਵੀ 1.5 ਸਾਲ ਤੋਂ ਦੁਰਗਾ ਮਾਤਾ ਮੰਦਰ ਸਾਡੇ ਲੁਧਿਆਣੇ ਦੇ ਕੋਲ ਸ਼ਹਿਰ ਦੇ ਵਿੱਚ ਉਹਦੇ ਕੋਲ ਗੁਰੂ ਨਾਨਕ ਸਟੇਡੀਅਮ ਆ ਉਹਦੇ ਬਾਹਰ ਇਹ ਪਿਆ ਸੀ ਵੀਰ ਬਹੁਤ ਮਾੜੀ ਹਾਲਤ 'ਚ ਇਹ ਬੜਾ ਮਿਹਨਤ ਕਰਨ ਵਾਲਾ ਬੰਦਾ ਸੀ ਤੰਦੂਰੀਆ ਵਾ ਇਹ ਤੰਦੂਰ ਦਾ ਕੰਮ ਕਰਦਾ ਸੀ ਇਹਨੂੰ ਲੱਕਵਾ ਹੋ ਗਿਆ ਸੀਗਾ ਪੈਰਾਲਾਈਜ਼ ਹੋਣ ਦੇ ਕਾਰਨ ਇਹਦਾ ਪਰਿਵਾਰ ਦੇ ਵਿੱਚ ਇੱਥੇ ਕੋਈ ਨਹੀਂ ਸੀ ਇਹ ਬਸ ਉੱਥੇ ਹੀ ਡਿੱਗ ਪਿਆ ਉੱਥੇ ਇਹਨੂੰ ਕੋਈ ਰੋਟੀ ਪਾਣੀ ਦੇ ਦਿੰਦਾ ਸੀ ਖਾ ਲੈਂਦਾ ਸੀ ਤਾਂ ਬੜੀ ਮਾੜੀ ਹਾਲਤ 'ਚ ਪਿਆ ਸੀ ਤਾਂ ਜਦੋਂ ਅਸੀਂ ਉਹਨੂੰ ਲੈ ਕੇ ਆਏ ਸੀ ਇਹਦੇ ਬੈਕ ਦੀਆਂ ਹੱਡੀਆਂ ਜਿਹੜੀਆਂ ਹੁੰਦੀਆਂ ਹਿਪਸ ਦੀਆਂ ਉਹ ਬਾਹਰ ਆਈਆਂ ਹੋਈਆਂ ਸੀ ਕਿਉਂਕਿ ਇੰਨਾ ਜ਼ਿਆਦਾ ਵੀਕ ਸੀਗਾ ਇਹ ਲੈਟਰਿਨ ਬਾਥਰੂਮ ਮੈਂ ਰੁੜ ਕੇ ਜਾਂਦਾ ਸੀ ਉਹ ਕਿਸ ਕਿਸ ਕੇ ਮਾਸ ਲੈ ਗਿਆ ਸੀ ਹੱਡੀਆਂ ਬਾਹਰ ਆਈਆਂ ਉਹ ਅਸੀਂ ਦਿਖਾ ਵੀ ਨਹੀਂ ਸਕਦੇ ਤੁਹਾਨੂੰ ਵੀ ਇਸ ਤਰੀਕੇ ਨਾਲ ਇਹਦੀਆਂ ਹੱਡੀਆਂ ਬਾਹਰ ਆਈਆਂ ਹੋਈਆਂ ਇਸ ਜਗ੍ਹਾ ਤੋਂ ਅਤੇ ਗੁਰੂ ਮਹਾਰਾਜ ਨੇ ਪਰ ਸਾਨੂੰ ਡਿਊਟੀ ਲਾਈ ਆ ਅਸੀਂ ਨਿਭਾ ਰਹੇ ਹਾਂ ਜਦੋਂ ਇਹ ਸਾਡੇ ਕੋਲ ਆਇਆ ਸੀ ਵੀਰ ਉਦੋਂ ਇਹਦੀ ਹਾਲਤ ਇੰਨੀ ਜ਼ਿਆਦਾ ਮਾੜੀ ਸੀ ਹੁਣ ਤਾਂ ਵਜਨ ਵੀ ਵੱਧ ਗਿਆ ਸਿਹਤ ਵੀ ਅੱਗੇ ਨਾਲੋਂ ਠੀਕ ਆ ਜੀ ਐੱਚ ਬੀ ਵੀ 12 ਗ੍ਰਾਮ ਹੋ ਗਿਆ ਪਰ ਇਹਨਾਂ ਨੂੰ ਦਵਾਵਾਂ ਦੀ ਬਹੁਤ ਲੋੜ ਆ ਜੀ ਦਵਾਈਆਂ ਤਾਂ ਅਸੀਂ ਦਵਾ ਸਕਦੇ ਹਾਂ ਜੋ ਸਾਡੀ ਟੀਮ ਹੈਲਪ ਕਰ ਰਹੀ ਹੈ ਸੇਵਾ ਉਹ ਵੀ ਕਰ ਸਕਦੇ ਹਾਂ ਪਰ ਦਵਾਵਾਂ ਨਾਲ ਜਿਹੜਾ ਉਹ ਸਾਰੇ ਵੀਰਾਂ ਨੇ ਤੁਹਾਡੀਆਂ ਦਵਾਵਾਂ ਨਾਲ ਹੀ ਹੋ ਸਕਦਾ ਵਾ ਇਸ ਕਰਕੇ ਸਾਡਾ ਨੰਬਰ ਜਿਵੇਂ ਤੁਸੀਂ ਜਾਣਦੇ ਹੋ 97-800-3-0-73 ਨੰਬਰ ਆ ਜੀ ਅਤੇ ਸਾਡਾ ਸੰਸਥਾ ਬਾਦ ਸਾਡੇ ਪਿੰਡ ਵਿੱਚ ਹੰਬੜਾ ਰੋਡ ਦੇ ਉੱਪਰ ਚੱਲਦੀ ਹੈ ਜੀ ਅਸੀਂ ਉੱਥੇ ਇੱਕ ਛੋਟੀ ਜਿਹੀ ਪਹਿਲ ਕੀਤੀ ਆ ਲਵਾਸ ਵੀਰ ਜਿਹੜੇ ਮਨੁੱਖਤਾ ਦੀ ਸੇਵਾ ਕਰਨ ਦੇ ਵਿੱਚ ਅਸੀਂ ਪਹਿਲ ਕੀਤੀ ਲਵਾਸ ਵੀਰ ਜਿਹੜੇ ਸੜਕਾਂ 'ਤੇ ਪਏ ਹੁੰਦੇ ਆ ਉਹਨਾਂ ਦਾ ਇਲਾਜ ਕਰਵਾਉਂਦੇ ਜੀ ਅਸੀਂ ਚੱਕ ਕੇ ਜਿਹੜੇ ਬੜੀ ਕ੍ਰਿਟੀਕਲ ਹਾਲਤ 'ਚ ਹੁੰਦੇ ਆ ਉਹਦੇ ਵਿੱਚ ਸਾਡਾ ਸਹਿਯੋਗ ਦਿਓ ਜੀ ਅਤੇ ਤੁਹਾਨੂੰ ਵੀ ਕੋਈ ਇੱਦਾਂ ਦਾ ਬੰਦਾ ਵਾਲੇ ਹਾਲਤ ਦੇ ਵਿੱਚ ਕਿਤੇ ਮਿਲਦਾ ਹੁੰਦਾ ਜਿਹੜਾ ਬਹੁਤ ਮਾੜੀ ਹਾਲਤ 'ਚ ਜੋ ਆਪਦੇ ਲੈਵਲ 'ਤੇ ਤੁਸੀਂ ਮਦਦ ਕਰ ਸਕਦੇ ਉਹ ਵੀ ਕਰਿਆ ਕਰੋ ਜੇ ਕਿਤੇ ਸਾਡੇ ਕੋਈ ਲੈਕ ਸੇਵਾ ਹੋਵੇ ਤਾਂ ਸਾਡਾ ਨੰਬਰ 97-800-3-0-73 ਸਾਡੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਇਹੀ ਬੇਨਤੀ ਕਰਨੀ ਸੀ ਆ ਵੀ ਜਿਹੜੇ ਤੁਹਾਨੂੰ ਲੋਕ ਆਏ ਆ ਬਜ਼ੁਰਗ ਇਹਨਾਂ ਦੀ ਸਿਹਤ ਜਾਮੀ ਵਾਸਤੇ ਅਰਦਾਸ ਜ਼ਰੂਰ ਕਰਿਓ ਜੀ ਅਤੇ ਇੱਕ ਬਜ਼ੁਰਗ ਜਿਹੜਾ ਕੱਲ੍ਹ ਸਾਡੇ ਕੋਲ ਆਏ ਆ ਜਗਿੰਦਰ ਸਿੰਘ ਜੀ ਆਏ ਸੀਗੇ ਅਤੇ ਉਹ ਬੜੀ ਮਾੜੀ ਹਾਲਤ 'ਚ ਆਈ ਅਤੇ ਉਹਨਾਂ ਨੂੰ ਵੀ ਉਹਨਾਂ ਦੀ ਸਿਹਤ ਵਾਸਤੇ ਵੀ ਅਰਦਾਸ ਕਰਿਓ ਜੀ ਅਤੇ ਮਹਾਰਾਜ ਕਿਰਪਾ ਕਰਨਾ ਅਤੇ ਇਹਨੂੰ ਵੀ ਬੇਨਤੀ ਕਰਨੀ ਹੈ ਜੀ ਇੱਦਾਂ ਦੇ ਵੀਰਾਂ ਦਾ ਜੇ ਟਾਈਮ ਦੇ ਨਾਲ ਇਲਾਜ ਹੋ ਜਾਵੇ ਤਾਂ ਇਹ ਹਾਲਤ ਦੇ ਵਿੱਚ ਨਾ ਪਹੁੰਚਣ ਜ਼ਰੂਰ ਇਹਨਾਂ ਦੀ ਮਦਦ ਕਰਿਆ ਕਰੋ ਇੱਦਾਂ ਦੇ ਵੀਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ